ਡੇਰਾ ਬਾਬਾ ਨਾਨਕ ਤੋਂ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੁਣ ਹੋਰ ਵੀ ਸੌਖਾ ਹੋ ਗਿਆ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਲਈ ਕਰਤਾਰਪੁਰ ਟਰਮੀਨਲ ਤੱਕ ਚਲਾ ਦਿੱਤੀ ਹੈ ਫ੍ਰੀ ਬੱਸ। ਇਸ ਬੱਸ ਸੇਵਾ ਦੀ ਸ਼ੁਰੂਆਤ ਹੋਣ ਨਾਲ ਹੁਣ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਤੋਂ ਟਰਮੀਨਲ ਤੱਕ ਆਉਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਇਹ ਬੱਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਸੇਵਾ ਨਿਭਾਏਗੀ। ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਸ਼ਰਧਾਲੂ ਬੇਹੱਦ ਖੁਸ਼ ਨੇ। ਜਿਹੜਾ ਸ਼੍ਰੋਮਣੀ ਕਮੇਟੀ ਨੇ ਜੀ ਬੱਸ ਚਲਾਈ ਆ ਬੱਸ ਸਟੈਂਡ ਤੋਂ ਅਤੇ ਸਟੇਸ਼ਨ ਤੋਂ ਕਰਤਾਰਪੁਰ ਲੰਘੇ ਦਾ ਬਹੁਤ ਅੱਛਾ ਕਦਮ ਕੀਤਾ। ਇਹਦੇ ਨਾਲ ਸੰਗਤਾਂ ਨੂੰ ਬਹੁਤ ਸੁਵਿਧਾ ਮਿਲਣੀ ਹੈ। ਲੋਕਾਂ ਨੂੰ ਆਪਣੇ ਕਨਵੀਨਸ 'ਤੇ ਆਉਣਾ ਪੈਂਦਾ ਸੀ, ਫਿਰ ਪਿੱਛੇ ਖੜ੍ਹੀ ਕਰਨੀ ਪੈਂਦੀ ਗੱਡੀ, ਫਿਰ ਤੁਰ ਕੇ ਇੱਥੇ ਆਉਣਾ ਪੈਂਦਾ, ਬਹੁਤ ਔਖਾ ਸੀਗਾ। ਇਹ ਤਾਂ ਬਹੁਤ ਹੀ ਅੱਛਾ ਕਦਮ ਕੀਤਾ ਸ਼੍ਰੋਮਣੀ ਕਮੇਟੀ ਨੇ, ਅਸੀਂ ਸ਼੍ਰੋਮਣੀ ਕਮੇਟੀ ਦੇ ਬੜੇ ਧੰਨਵਾਦੀ ਹਾਂ। ਜਿਹੜਾ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਕੀਤਾ ਨਾ ਡੇਰਾ ਬਾਬਾ ਨਾਨਕ ਲਾਂਘੇ ਵਾਲਾ, ਉੱਥੋਂ ਸੰਗਤ ਪੈਦਲ ਪਹਿਲਾਂ ਤੁਰ ਕੇ ਆਉਂਦੀ ਸੀ, ਹੁਣ ਉਹਨਾਂ ਨੂੰ ਬੱਸ ਦੀ ਸਹੂਲਤ ਮਿਲ ਗਈ ਹੈ, ਬਹੁਤ ਵਧੀਆ ਕਦਮ ਹੈ। ਗੁਰਦੁਆਰਾ ਦਰਬਾਰ ਸਾਹਿਬ ਦੇ ਮੈਨੇਜਰ ਅਤੇ ਆਗੂਆਂ ਨੇ ਹਰੀ ਝੰਡੀ ਦੇ ਕੇ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ ਅਤੇ ਕਿਹਾ ਕਿ ਸ਼ਰਧਾਲੂਆਂ ਨੂੰ ਰਾਹਤ ਦੇਣ ਲਈ ਇਸ ਬੱਸ ਦੀ ਸ਼ੁਰੂਆਤ ਕੀਤੀ ਗਈ ਹੈ। ਸੰਗਤਾਂ ਨੂੰ ਰੇਲਵੇ ਸਟੇਸ਼ਨ ਬੱਸ ਸਟੈਂਡ ਤੋਂ ਕੋਰੀਡੋਰ ਤੱਕ ਪਹੁੰਚਣ ਵਾਸਤੇ ਬੜੀ ਮੁਸ਼ਕਲ ਆਉਂਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਵਿਸ਼ੇਸ਼ ਉਪਰਾਲੇ ਸਦਕਾ ਇੱਕ ਬੱਸ ਫ੍ਰੀ ਬੱਸ ਭੇਜੀ ਗਈ ਆ, ਜੋ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸਵਾਰੀਆਂ ਲੈ ਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗੀ। ਇੱਥੋਂ ਉਹਨਾਂ ਨੂੰ ਜਲ ਪਾਣੀ ਛਕਾ ਕੇ ਇੱਥੋਂ ਰਾਤ ਜਿਹੜੇ ਸੰਗਤਾਂ ਠਹਿਰੀਆਂ ਉਹਨਾਂ ਨਾਲ ਲੈ ਕੇ ਅਤੇ ਕੋਰੀਡੋਰ ਤੱਕ ਪਹੁੰਚਾਇਆ ਜਾਊਗਾ। ਇਹ ਤਕਰੀਬਨ 3-4 ਜਿਹੜੇ ਰੇਲਵੇ ਸਟੇਸ਼ਨ ਤੋਂ ਕੋਰੀਡੋਰ ਤੱਕ ਲਾਏ ਗਈ ਜੀ। ਸੰਗਤਾਂ 'ਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਇਸ ਗੱਲ ਦੀ ਜੀ। ਸ਼੍ਰੋਮਣੀ ਕਮੇਟੀ ਵੱਲੋਂ ਯਾਤਰੂਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ ਜੀ। ਬੱਸ ਸੇਵਾ ਦੀ ਸ਼ੁਰੂਆਤ ਹੋਣ ਨਾਲ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਟਰਮੀਨਲ ਤੱਕ ਦੂਰੋਂ ਆਏ ਸ਼ਰਧਾਲੂਆਂ ਨੂੰ ਜਾਣ ਵਿੱਚ ਸੌਖ ਹੋਵੇਗੀ ਅਤੇ ਉਹਨਾਂ ਦੀ ਯਾਤਰਾ ਦੀ ਸ਼ੁਰੂਆਤ ਵੀ ਵਧੀਆ ਤਰੀਕੇ ਨਾਲ ਹੋਵੇਗੀ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ।